ਇੱਕ ਰਿਟਾਇਰਡ ASI ਦੇ ਘਰ ਨੂੰ ਦਿਨ ਦਿਹਾੜੇ ਲੁਟੇਰਿਆਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ। ਦੱਸ ਦਈਏ ਕਿ ਬਾਈਕ ਦੇ ਉੱਤੇ ਆਏ ਦੋ ਨਕਾਬ ਪੋਸ਼ ਲੁਟੇਰਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਦਰਅਸਲ ਜਾਣਕਾਰੀ ਅਨੁਸਾਰ ਜੋ ਰਿਟਾਇਰਡ ASI ਹੈ ਉਸਦਾ ਕਹਿਣਾ ਹੈ ਕਿ ਉਹਨਾਂ ਦੇ ਘਰ ਇੱਕ ਲੜਕੀ ਆਈ ਹੋਈ ਸੀ ਉਹਨਾਂ ਨੂੰ ਮਿਲਣ ਦੇ ਲਈ, ਤੇ ਜਿਵੇਂ ਹੀ ਉਹ ਆ ਕੇ ਬੈਠੀ ਤਾਂ ਪਿੱਛੋਂ ਦੀ ਦੋ ਲੁਟੇਰੇ ਪਿਸਤੌਲ ਲੈ ਕੇ ਅੰਦਰ ਦਾਖਲ ਹੁੰਦੇ ਨੇ ਤੇ ਦਾਖਲ ਹੁੰਦੇ ਸਾਰ ASI ਦੀ ਪਤਨੀ ਨੂੰ ਆਪਣੇ ਗਹਿਣੇ ਉਤਾਰਨ ਦੇ ਲਈ ਕਿਹਾ ਜਾਂਦਾ ਹੈ। ਪਰ ਜਿਵੇਂ ਹੀ ਉਹ ਇਸਦਾ ਵਿਰੋਧ ਕਰਦੇ ਨੇ ਤਾਂ ਉਹ ਪਿਸਤੌਲ ਤਾਨ ਦਿੰਦੇ ਨੇ, ਜਿਸ ਤੋਂ ਬਾਅਦ ਉਸਦੀ ਪਤਨੀ ਦੇ ਵੱਲੋਂ ਸਾਰੇ ਗਹਿਣੇ ਉਤਾਰ ਕੇ ਉਹ ਲੁਟੇਰਿਆਂ ਨੂੰ ਦੇ ਦਿੱਤੇ ਜਾਂਦੇ ਨੇ ਤੇ ਇਸਦੇ ਨਾਲ ਹੀ ਜੋ ਲੜਕੀ ਆਈ ਹੋਈ ਸੀ ਉਹ ਉਸਦੇ ਵੀ ਗਹਿਣੇ ਉਤਰਵਾ ਲੈਂਦੇ ਨੇ ਤੇ ਨਾਲ ਹੀ ਜੋ ASI ਹੈ ਉਸਦੇ ਵੱਲੋਂ ਫੁਰਤੀ ਦਿਖਾਉਂਦੇ ਪਹਿਲਾਂ ਤਾਂ ਉਹਨਾਂ ਦਾ ਪਿਸਤੌਲ ਖੋਹ ਲਿਆ ਜਾਂਦਾ ਹੈ। ਪਰ ਜੋ ਲੁਟੇਰੇ ਨੇ ਉਹਨਾਂ ਕੋਲ ਹਥਿਆਰ ਜ਼ਿਆਦਾ ਤਗੜੇ ਹੁੰਦੇ ਨੇ, ਜਿਸ ਤੋਂ ਬਾਅਦ ASI ਉਹਨਾਂ ਦਾ ਪਿਸਤੌਲ ਡਰ ਦੇ ਮਾਰੇ ਉਹਨਾਂ ਨੂੰ ਵਾਪਸ ਕਰ ਦਿੰਦਾ। ਪਰ ਬਾਅਦ ਦੇ ਵਿੱਚ ਉਹ ASI ਦੇ ਹੱਥ ਦੇ ਵਿੱਚ ਪਾਇਆ ਸੋਨੇ ਦਾ ਕੜਾ ਅਤੇ ਇੱਕ ਛਾਪ ਵੀ ਮੌਕੇ ਦੇ ਉੱਤੋਂ ਲੈ ਕੇ ਫਰਾਰ ਹੋਏ ਨੇ। ਹਾਲਾਂਕਿ ਜਾਂਦੇ ਜਾਂਦੇ ਜੋ ਲੁਟੇਰੇ ਸੀ ਉਹ ਪਤੀ ਪਤਨੀ ASI ਦੇ ਹੱਥ ਪੈਰ ਬੰਨ ਕੇ ਤੇ ਬਾਹਰੋਂ ਦਰਵਾਜ਼ਾ ਲਾ ਕੇ ਫਰਾਰ ਹੋ ਜਾਂਦੇ ਨੇ। ਹਾਲਾਂਕਿ ਸਾਰੀ ਹੀ ਲੁੱਟ ਦੀ ਵਾਰਦਾਤ CCTV ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਬਾਈਕ ਦੇ ਉੱਤੇ ਸਵਾਰ ਹੋ ਕੇ ਇਹ ਦੋ ਲੁਟੇਰੇ ਆਉਂਦੇ ਨੇ ਤੇ ਆਉਂਦੇ ਸਾਰੇ ਘਰ ਦੇ ਵਿੱਚ ਦਾਖਲ ਹੋ ਜਾਂਦੇ ਨੇ। ਹਾਲਾਂਕਿ ਕੁਝ ਸਮੇਂ ਬਾਅਦ ਜਦੋਂ ਇਹ ਬਾਹਰ ਨਿਕਲਦੇ ਨੇ ਤਾਂ ਇਹ ਦਰਵਾਜ਼ਾ ਬੰਦ ਕਰਦੇ ਹੋਏ ਦਿਖਾਈ ਦਿੰਦੇ ਨੇ। ਹਾਲਾਂਕਿ ਇਸ ਸਭ ਤੋਂ ਬਾਅਦ ਤੁਰੰਤ ਹੀ ASI ਨੇ ਜਦੋਂ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਵੀ 15 ਮਿੰਟ ਦੇਰ ਨਾਲ ਪਹੁੰਚੀ, ਜਿਸ ਦੇ ਕਾਰਨ ASI ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਨਜ਼ਰ ਆਇਆ। ਤਾਂ ਦੱਸ ਦਈਏ ਕਿ ASI ਦਾ ਕਹਿਣਾ ਹੈ ਕਿ ਜੇਕਰ ਸਮਾਂ ਰਹਿੰਦੇ ਪੁਲਿਸ ਮੌਕੇ ਦੇ ਉੱਤੇ ਪਹੁੰਚ ਜਾਂਦੀ, ਸ਼ਹਿਰ ਦੇ ਆਲੇ ਦੁਆਲੇ ਨਾਕੇਬੰਦੀ ਕਰ ਦਿੱਤੀ ਜਾਂਦੀ ਤਾਂ ਸ਼ਾਇਦ ਜੋ ਲੁਟੇਰੇ ਸੀ ਉਹ ਮੌਕੇ ਦੇ ਉੱਤੇ ਹੀ ਫੜ ਹੋ ਜਾਣੇ ਸੀ। ਪਰ ਇੱਥੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਕਾਰਨ ਉਹਨਾਂ ਦਾ ਕਹਿਣਾ ਹੈ ਕਿ ਲੁਟੇਰੇ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਏ ਨੇ। ਤਾਂ ਦੱਸ ਦਈਏ ਕਿ ASI ਦੇ ਵੱਲੋਂ ਹੀ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਚੁੱਕੇ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਉਸਦੇ ਕੋਲੋਂ ਅੱਧਾ ਘੰਟਾ ਤੱਕ ਪੁੱਛੀ ਪੜਤਾਲ ਕੀਤੀ ਗਈ ਫੋਨ ਤੇ ਫਿਰ ਉਸ ਤੋਂ ਬਾਅਦ ਮੌਕੇ ਦੇ ਉੱਤੇ PCR ਦਾ ASI ਪਹੁੰਚਦਾ ਹੈ ਤੇ ਸਾਰੇ ਮਾਮਲੇ ਸੰਬੰਧੀ ਜਾਣਕਾਰੀ ਹਾਸਿਲ ਕਰਦਾ ਹੈ। ਫਿਲਹਾਲ ਹਾਲੇ ਤੱਕ ਕੁਝ ਵੀ ਲੁਟੇਰਿਆਂ ਦਾ ਪਤਾ ਨਹੀਂ ਲੱਗ ਸਕਿਆ। ਖਬਰ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਸਾਬਕਾ ASI ਦੇ ਘਰ ਨੂੰ ਦਿਨ ਦਿਹਾੜੇ ਲੁਟੇਰਿਆਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ। ਮੁੰਡੇ ਜਿਹਨਾਂ ਮੂੰਹ ਬੰਨੇ ਰਹੇ ਉਹ ਸਾਡੇ ਘਰ ਆ ਗਏ। ਘਰ ਆ ਕੇ ਤੇ ਇਹਨਾਂ ਦੇ ਸੋਨੇ ਦੇ ਗਹਿਣੇ ਦਵਾਉਣ ਲੱਗ ਪਏ, ਮਤਲਬ ਘਰ ਦੀ ਮੇਰੀ ਦੇ ਚੂੜੀਆਂ ਲਵਾਲੀਆਂ, ਕੰਨਾਂ ਦੀਆਂ ਵਾਲੀਆਂ ਲਵਾਲੀਆਂ, ਜਿਹੜੀ ਰੀਟਾ ਸੀ ਉਹਦੀ ਇਹਨਾਂ ਟਾਪਸ, ਇੱਕ ਆਰਟੀਫਿਸ਼ਲ ਚੂੜੀ ਪਾਈ ਉਹ ਲਵਾਲੀਆਂ। ਮੈਂ ਉਹਨਾਂ ਦੇ ਫਿਰ ਉਹਨਾਂ ਦਾ ਹੱਥੋਂ ਪਾਈ ਹੋ ਗਿਆ, ਹੱਥੋਂ ਪਾਈ ਹੋਣ 'ਤੇ ਮੈਂ ਉਹਨਾਂ ਦਾ ਪਿਸਟਲ ਜਿਹੜਾ ਸੀ ਮੁੰਡੇ ਇੱਕ ਕੋਲ ਪਿਸਟਲ ਸੀ, ਇੱਕ ਕੋਲੋਂ ਖੁਖਰੀ ਸੀ, ਪਿਸਟਲ ਜਿਹੜਾ ਸੀ ਮੈਂ ਉਹ ਖੋਲ੍ਹਿਆ, ਉਹਨਾਂ ਮੈਨੂੰ ਧੱਕਾ ਮਾਰਿਆ ਅਤੇ ਦੂਸਰੇ ਨੇ ਮੇਰੇ ਖੁਖਰੀ ਮਾਰ ਲੱਗਾ, ਉਹ ਫਿਰ ਮੈਨੂੰ ਜਿਹੜਾ ਪਿਸਟਲ ਸੀ ਉਹਨੂੰ ਵਾਪਸ ਦੇਣਾ ਪੈ ਗਿਆ। ਮੇਰੇ ਫਿਰ ਉਹਨਾਂ ਕੜਾ ਪਾਏ ਦਾ ਸੋਨੇ ਦਾ ਉਹ ਲਵਾਲਿਆ, ਮੇਰੇ ਖੱਬੇ ਹੱਥ ਪਈ ਨਹੀਂ ਸੋਨੇ ਦੀ ਰਿੰਗ ਪਈ ਸੀ, ਛਾਹ ਪਈ ਸੀ, ਉਹ 'ਤੇ ਮੇਰਾ ਨਾਂ JS ਉੱਕਰਿਆ ਸੀ, ਉਹ ਵੀ ਲਵਾਲਿਆ। ਫਿਰ ਜਾਣ ਲੱਗੇ ਮੈਂ ਫਿਰ ਉਹਨਾਂ ਹੱਥੀਂ ਪੈਰ ਨੂੰ ਫਿਰਦਾ ਸੀ, ਪਰ ਉਹ ਉਹਨਾਂ ਮੇਰੇ ਬਾਹਾਂ ਬੰਨਤੀਆਂ, ਮੂੰਹ ਬੰਨਤਾ, ਅਤੇ ਨਾਲ ਫਿਰ ਮੈਨੂੰ ਕਿਹਾ ਵੀ ਜੋ ਪੈਸੇ ਹੋਏ ਹੈ ਉਹ ਦੇ ਦਿਓ। ਮੈਂ ਫਿਰ ਸਾਡੇ ਕੋਲ ਪੈਸੇ ਨਹੀਂ, ਤੁਸੀਂ ਜੋ ਕਰਨਾ ਕਾਰ ਹੀ ਲਵਾ ਜਾਓ, ਮੈਂ ਤੁਸੀਂ ਮਾਰਨਾ ਮਾਰ ਜਾਓ ਸਾਨੂੰ। ਉਹ ਜੋ ਇੰਨੀ ਗੱਲ ਕਹੇ ਫਿਰ ਉਹ
ਘਰ ਦੀ ਮੇਰੀ ਦਾ ਵੀ ਮੂੰਹ ਬੰਨ ਕੇ, ਮੇਰੀਆਂ ਬਾਹਾਂ 'ਤੇ ਮੂੰਹ ਬੰਨ ਕੇ, ਮੂੰਹ ਬੰਨ ਕੇ ਅਤੇ ਉਹ ਮਤਲਬ ਡੌਕੇ ਮਾਰ ਕੇ ਅਤੇ ਚੱਲ ਕੇ ਹਾਂਜੀ ਹਾਂ ਪੁਲਿਸ ਨੂੰ ਮੈਂ 112 ਨੰਬਰ 'ਤੇ ਸ਼ਿਕਾਇਤ ਕੀਤੀ। ਉਹਨਾਂ ਮੈਨੂੰ 15 ਮਿੰਟ ਖਰਾਬ ਕੀਤਾ, ਜਦੋਂ ਕਿ ਪੁਲਿਸ ਦਾ ਫਰਜ਼ ਸੀ ਵੀ ਉਸੇ ਟਾਈਮ ਸਾਰੇ ਪਾਸੇ ਮੈਸੇਜ ਕਰ ਦਿੰਦੇ, ਨਾਕੇ ਲਾ ਦਿੰਦੇ। ਉਹਨਾਂ ਬਜਾਏ ਨਾਕੇ ਲਗਾਉਣ ਦੇ 15 ਮਿੰਟ, ਤੇਰਾ ਜ਼ਿਲ੍ਹਾ ਕਿਹੜਾ ਪੈਂਦਾ, ਕਿਹੜਾ ਥਾਣਾ ਪੈਂਦਾ, ਜਦੋਂ ਕਿ ਕੰਟਰੋਲ ਵਾਲੇ ਨੂੰ ਪਤਾ ਜਿਹੜਾ ਸ਼ਹਿਰ 'ਚ ਰਹਿਣ ਦੇ ਉਦੋਂ ਸਿਟੀ ਥਾਣਾ ਪੈਂਦਾ ਅਤੇ ਜ਼ਿਲ੍ਹਾ ਗੁਰਦਾਸਪੁਰ ਪੈਂਦਾ। PCR ਵਾਲਾ ਇੱਕ ASI ਆਇਆ, ਫਿਰ PCR ਵਾਲਾ ਦੂਜਾ ਆਇਆ, ਉਹ ਵੀ ਪੁੱਛ ਪੁੱਛ ਕੇ ਇਸ ਕਰਕੇ ਕਰਕੇ ਜਿਹੜੇ ਥਾਣੇ ਮੁਨਸ਼ੀ ਛੋਟਾ ਆਇਆ ਦਾ ਸੀ ਉਹਨੇ ਦਰਖਾਸਤ ਲਿਖੀ ਆ, ਦਰਖਾਸਤ ਲਿਖ ਕੇ ਅਤੇ ਮੇਰੇ ਦਰਖਾਸਤ ਕਰਾ ਕੇ ਲੈ ਗਏ ਅਤੇ ਆਏ ਆ। ਦੁਪਹਿਰੀ ਆਏ ਨੇ ਅਤੇ ਅਸੀਂ ਕੁੰਡੀ ਖੋਲ੍ਹੀ ਤੇ ਨਹੀਂ, ਕੋਈ ਪ੍ਰਾਹੁਣੀ ਆ ਗਈ ਅਤੇ ਉਹਦੇ ਕਰਕੇ ਕੁੰਡੀ ਖੋਲ੍ਹੀ, ਉਹਦੇ ਨਾਲ ਹੀ ਮਗਰੋਂ ਇਹ ਆ ਗਏ ਨੇ। ਆ ਗਏ ਨੇ ਅਤੇ ਆਉਂਦੇ ਪਹਿਲੇ ਮੇਰਾ ਮੂੰਹ ਬੰਨਣ ਲੱਗ ਪਿਆ, ਫਿਰ ਮੇਰੀਆਂ ਬਾਹਾਂ ਬੰਨਣ ਲੱਗ ਪਏ, ਫਿਰ ਮੈਂ ਕਿਹਾ ਉਹ ਨਾਲ ਦੀ ਕੁੜੀ ਨੂੰ, ਮੈਂ ਕਿਹਾ ਤੂੰ ਰੀਟਾ 100 ਨੰਬਰ 'ਤੇ ਫੋਨ ਕਰ। ਹਾਂ ਉਹ ਫਿਰ ਉਹਨੇ ਮੈਂ ਇੰਨੀ ਗੱਲ ਕਹੀ ਅਤੇ ਉਹ ਕਰਨ ਲੱਗੀ ਅਤੇ ਉਹਦਾ ਵੀ ਮੋਬਾਈਲ ਖੋਲ੍ਹਿਆ, ਮੇਰਾ ਵੀ ਮੋਬਾਈਲ ਖੋਲ੍ਹਿਆ, ਉਹ ਕੁੜੀ ਦੇ ਵੀ ਕਾਂਟੇ ਖੋਲ੍ਹੇ ਅਤੇ ਚੂੜੀਆਂ ਵੀ ਲਾ ਲਈਆਂ ਉਹਦੀਆਂ। ਫਿਰ ਇਹਨਾਂ ਨੇ ਨਾ ਪਿਸਤੌਲ ਖੋਲ੍ਹਿਆ ਉਹਨਾਂ ਕੋਲੋਂ ਅਤੇ ਉਹਨਾਂ ਵੱਲ ਕਰਨ ਅਤੇ ਪਿਸਤੌਲ ਖੋਲ੍ਹਿਆ, ਫਿਰ ਇਹਨਾਂ ਵਾਲੇ ਪਾਸੇ ਹੋ ਗਏ ਅਤੇ ਇਹਨਾਂ ਦੇ ਹੱਥੀਂ ਵੀ ਪੈਣ ਲੱਗ ਪਏ ਉਹ। ਫਿਰ ਇਹਨਾਂ ਨੇ ਮੇਰੇ ਕੋਲੋਂ ਚੂੜੀਆਂ ਵੀ ਲਵਾ ਲਈਆਂ ਉਹਨਾਂ ਨੇ ਅਤੇ ਕਾਂਟੇ ਵੀ ਲਵਾ ਲਏ ਉਹਨਾਂ ਨੇ ਮੇਰੇ ਕੋਲੋਂ ਅਤੇ ਮੋਬਾਈਲ ਵੀ ਮੇਰੇ ਕੋਲ ਲੈ ਗਏ। ਹਾਂ ਕਹਿੰਦੇ ਅੱਜ ਅਸੀਂ ਫਿਰ, ਮੈਂ ਕਿਹਾ ਤੁਸੀਂ ਮੈਨੂੰ ਤਾਂ ਲੱਗਾ ਸੀ ਵੀ ਜਿੱਦਾਂ ਵੀ ਤੁਸੀਂ ਅਤਵਾਦੀ ਨਹੀਂ ਹੈਗੇ। ਕਹਿੰਦੇ ਅਸੀਂ ਉਹੀ ਅਤਵਾਦੀ ਹਾਂ ਜਿਹੜੇ ਪਹਿਲੇ ਆਏ ਸੀ, ਉਹੀ ਆ ਅਸੀਂ। ਅਤੇ ਜੇ ਮਗਰੋਂ ਮੂੰਹ ਖੋਲ੍ਹਿਆ ਕਿਸੇ ਲਾ ਖੋਲ੍ਹਿਆ ਤਾਂ ਅਸੀਂ ਫਿਰ ਆ ਜਾਣਾ ਹੀ ਹਾਂ। ਕਿੰਨੇ ਬੰਦੇ ਸੀ? 2 ਬੰਦੇ ਸੀ। ਹਾਂ ਘਰ ਮੋਟਰਸਾਈਕਲ 'ਤੇ ਆਏ ਨੇ ਉਹ ਅਤੇ ਮੂੰਹ ਬੰਨੇ ਦੇ ਉਹਨਾਂ ਨੇ ਕਾਲੇ ਪਟਕਿਆਂ ਨਾਲ। ਹਾਂ ਉਹ 'ਚ ਤਾਂ ਆ ਗਏ, ਕੈਮਰੇ 'ਚ ਆ ਗਏ ਨੇ।